ਤੁਸੀਂ ਦੇਖ ਰਹੇ ਹੋ ਟੈਨ ਐਕਸਪੀਰੀਅੰਸ ਟੀਵੀ। ਬਟਾਲਾ ਪੁਲਿਸ ਦੀ ਗੱਲ ਕੀਤੀ ਜਾਵੇ ਤੇ ਬਟਾਲਾ ਪੁਲਿਸ ਜ਼ਿਲ੍ਹਾ ਦੇ ਅੰਦਰ ਜਿਹੜੀ ਆ ਰੋਜ਼ ਨਿਤ ਦਿਨ ਘਟਨਾਵਾਂ ਗੋਲੀ ਦੀਆਂ ਜਿਹੜੀਆਂ ਆਮ ਵੇਖਣ ਨੂੰ ਮਿਲ ਰਹੀਆਂ। ਅੱਜ ਫਿਰ ਗੋਲੀਕਾਂਡ ਡੇਰਾ ਬਾਬਾ ਨਾਨਕ ਵਿਖੇ ਹੋਇਆ, ਜਿੱਥੇ ਇੱਕ ਸੁਖਵਿੰਦਰ ਸਿੰਘ ਨਾਮਕ ਇੱਕ ਵਿਅਕਤੀ ਜਿਸ ਦੀ ਉਮਰ 55 ਸਾਲ ਦੱਸੀ ਜਾ ਰਹੀ ਆ, ਉਸਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ, ਜਿਨ੍ਹਾਂ ਨੂੰ ਪਹਿਲਾਂ ਡੇਰਾ ਬਾਬਾ ਨਾਨਕ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਦੋਂ ਕਿ ਉੱਥੇ ਡਾਕਟਰਾਂ ਨੇ ਡਿਕਲੇਅਰ ਕਰ ਦਿੱਤਾ, ਉਹਨਾਂ ਨੂੰ ਅੱਜ ਸਿਵਲ ਹਸਪਤਾਲ ਬਟਾਲਾ ਵਿਖੇ ਲਿਆ ਕੇ ਆਂਦਾ ਗਿਆ, ਜਿੱਥੇ ਮ੍ਰਿਤਕ ਘੋਸ਼ਿਤ ਕੀਤੇ ਗਏ। ਸਾਡੇ ਨਾਲ ਨੇ ਡਾਕਟਰ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਇੱਕ ਡੈੱਡ ਬੋਡੀ ਨੂੰ ਇੱਥੇ ਲੈ ਕੇ ਆਇਆ ਗਿਆ। ਸਰ, ਇੱਕ ਡੈੱਡ ਬੋਡੀ ਆਈ ਹੈ ਜਿਨ੍ਹਾਂ ਨਾਲ ਗੋਲੀਆਂ ਵੱਜਣ ਕਰਕੇ ਮੌਤ ਹੋ ਗਈ ਹੈ। ਹਾਂਜੀ, ਸਾਡੇ ਕੋਲ ਇੱਕ ਡੈੱਡ ਬੋਡੀ ਲੈ ਕੇ ਆਏ ਨੇ ਕੰਸਰਨ ਪੁਲਿਸ ਆਫਿਸਰ, ਕੰਸਰਨ ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ। ਮ੍ਰਿਤਕ ਦਾ ਨਾਮ ਸਰ ਸਵਿੰਦਰ ਸਿੰਘ, ਸਨ ਆਫ ਹਰਨਾਮ ਸਿੰਘ, ਸ਼ਹਿਜ਼ਾਦਾ ਕਲਾਂ ਡੇਰਾ ਬਾਬਾ ਨਾਨਕ ਦੇ ਵਾਸੀ ਦੱਸ ਰਹੇ ਨੇ। ਅਤੇ ਉਹਨਾਂ ਦੀ ਡੈੱਡ ਬੋਡੀ ਅਸੀਂ ਸਿਵਲ ਹੋਸਪਿਟਲ ਬਟਾਲਾ ਮੋਰਚਰੀ 'ਚ ਰੱਖ ਦਿੱਤੀ ਗਈ ਹੈ, ਅਤੇ ਜੋ ਮੋਰਨਿੰਗ ਦੇ ਵਿੱਚ ਜੋ ਵੀ ਕੰਸਰਨ ਪੁਲਿਸ ਆਫਿਸਰ ਪੋਸਟਮਾਰਟਮ ਪੇਪਰ ਲੈ ਕੇ ਆਉਣਗੇ, ਫਿਰ ਉਹਨਾਂ ਦਾ ਮੋਰਨਿੰਗ ਡਿਊਟੀ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਸੋ ਦੇਖ ਸਕਦੇ ਹੋ ਕਿ ਜੇ ਆਪਾਂ ਪੁਲਿਸ ਜ਼ਿਲ੍ਹਾ ਬਟਾਲਾ ਦੀ ਗੱਲ ਕਰੀਏ, ਤੇ ਇਸ ਮਹੀਨੇ ਦੇ ਵਿੱਚ ਕਮ ਸੇ ਕਮ 7-8 ਘਟਨਾਵਾਂ ਗੋਲੀਬਾਰੀ ਦੀਆਂ ਹੋ ਗਈਆਂ, ਜਿਹਦੇ ਵਿੱਚ ਅੱਜ ਇੱਕ ਐਨਕਾਊਂਟਰ ਵੀ ਪੁਲਿਸ ਵੱਲੋਂ ਕੀਤਾ ਗਿਆ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਪੁਲਿਸ ਜਿਹੜੀ ਆ ਫੇਲ ਨਜ਼ਰ ਆ ਰਹੀ ਹੈ। ਕੀ ਵਾਕਿਆ ਹੋਇਆ ਸਰ? ਅੱਜ ਸਾਨੂੰ ਹੁਣੇ ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਸੁਖਵਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਸ਼ਹਿਜ਼ਾਦਾ, ਇਹਨਾਂ ਨੂੰ ਕੋਈ ਅਣਪਛਾਤਾ ਵਿਅਕਤੀ ਗੋਲੀ ਮਾਰ ਕੇ ਚਲਾ ਗਿਆ, ਤੇ ਇਹ ਹੁਣ ਇੱਥੇ ਦਬਦਬ ਹੋਸਪਿਟਲ ਲਿਆਂਦਾ ਇਹਨਾਂ ਨੇ, ਜਿੱਥੇ ਇਹਨਾਂ ਦੀ ਮਤਲਬ ਮੌਤ ਹੋ ਚੁੱਕੀ ਹੈ। ਪੂਰਾ ਮਾਮਲਾ ਕੁਛ ਪਤਾ ਲੱਗਾ ਜੀ? ਨਹੀਂ ਜੀ, ਅਜੇ ਕੁਛ ਪੂਰੇ ਮਾਮਲੇ ਦਾ ਨਹੀਂ ਪਤਾ, ਇਹ ਤਫਤੀਸ਼ ਜਲਦੀ ਜਲਦੀ ਪਤਾ ਲੱਗੂਗਾ। ਅਜੇ ਘਰਦਿਆਂ ਦੇ ਸਟੇਟਮੈਂਟ ਲਵਾਂਗੇ, ਜੋ ਵੀ ਉਹਨਾਂ ਦੇ ਸਟੇਟਮੈਂਟ ਮੁਤਾਬਕ ਬਾਂਬਾਂ ਦੀ ਕਾਰਵਾਈ ਕਰਾਂਗੇ, ਪੋਸਟਮਾਰਟਮ ਹੋਏਗਾ, ਰਿਪੋਰਟਮੈਂਟ ਹੋਏਗਾ, ਬਾਕੀ ਸਾਰੀ ਕਰਵਾਉਣ ਤੱਕ ਜੀ ਦੇ ਸਾਹਮਣੇ। ਕੈਮਰਾਮੈਨ ਸੋਨੀ ਨਾਲ ਸਰਵਨ ਸਿੰਘ ਕੁਮਾਰ, ਬਟਾਲਾ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।